आज हम कुछ दोस्तों के साथ हमने प्लान किया पार्क सिटी का। पार्क सिटी एक बहुत प्यारा सिटी है, बहुत हाइट पे है, बहुत सारे सेलिब्रिटी यहाँ पे रहते हैं और टेम्परेचर लाइक -10 12। तो एक इसका मेन जो रोड है जहाँ पे बहुत सारी शॉप्स हैं, बहुत सारे ब्रांड है, वहाँ पे आज एक वॉकिंग टूर जो है वो करेंगे दोस्तों के साथ। तो अभी भी खैर हम वॉक कर रहे हैं, बट हमारे दोस्त कुछ गाइड करेंगे हमें इस बारे में। हरुण भाई ये की है बस वैसे ही बनाया है ना। सिटिंग एरिया लोगों ने काफी सारी व्यू थे लेकिन सर्दी बहुत है। हरुण भाई तुसी बैठो ना इत्थे। ओ सॉरी हरुण भाई, ਤੁਹਾਡਾ ਨਵੀਦ ਭਾਈ ਜਿਹੜਾ ਨਾਮ ਹੀ ਬੋਲ ਜਾਂਦਾ ਮੈਨੂੰ ਯਾਰ। ਹਰੁਣ ਜੀ ਇੱਕ ਫੋਟੋ ਖਿੱਚੀ ਉਹ ਭਾਈ ਨਹੀਂ, ਮੈਂ ਉਹਨੂੰ ਉਹਦੇ ਕੱਚੇ ਚਾਹੁੰਦਾ। ਚਲੋ ਠੀਕ ਹੈ, ਮੇਰੀ ਫੋਟੋ ਖਿੱਚੀ ਅੱਜ यार। सिटिंग एरिया तो बहुत प्यारा बनाया लेकिन स्नो बहुत है इतने। तुसी मैंने दसा नहीं कि तुसी पार्क सिटी लैके आओगे, वरना मैं मेरा दोस्त बना रहा है वीडियो, अपनी तस्वीर बना रहा है। अपना हाँ जी हरुण भाई जी, जरा दसो जरा कितने आ गए हो, तुम कितने लाए हो अज? आ गए जी पार्क सिटी, इतने सन डांस फेस्टिवल लगा है। सारे हॉलीवुड के एक्टर एक्ट्रेस इतने आते हैं, इतने शोज होते हैं, इतने सिनेमा ते फिल्म लगदी हैं। कितने लगदी हैं फिल्म? रोड के उत्ते? हाँ अंदर सिनेमा है इतने पार्क सिटी, ते सारे एक्ट्रेसेस ते एक्ट्रेस आते हैं, ते विंटर ओलंपिक्स भी थे होंगे। विंटर ओलंपिक्स जड़ी स्नो वाली होती है, स्नो जो स्केटिंग अमेरिकन, हाँ स्केटिंग भी होती है, ते उस दिन स्कीइंग भी होती है, ते स्नोबोर्ड। अब तुसी सामने आके दसो ना थोड़ा जहा, जरा अब देखो ना, बिल्कुल कैप्टन वी दी लग रहे हो तुसी। जी, तुसी नाम लगता चेंज कर लिया अपना? जी जी ना चेंज कर ले। देखो कैप्टन वी लग रहे हो ना तुसी, ना सानू सही नहीं दस्या अपना। ਇੱਥੇ ਪਾਰਕ ਸਿਟੀ ਵਿੱਚ ਤੁਸੀਂ ਲੱਭ ਹੀ ਗਏ ਹੋ ਸਾਨੂੰ? ਨਹੀਂ ਬਸ ਇੱਥੇ ਅਮਰੀਕਾ ਵਿੱਚ ਨਾਂ ਚੇਂਜ ਕਰ। ਅੱਛਾ ਮੀਰਾ ਨਾਲ ਕੀ ਤੁਹਾਡੀ ਸ਼ਾਦੀ ਹੋਈ ਹੈ ਕਿ ਕੀ ਦੋਸਤੀ ਹੈ? ਬਸ ਦੋਸਤੀ ਹੋਈ, ਬਸ ਚਲਦੀ ਰਹਿੰਦੀ ਹੈ ਜੀ। ਇਹ ਕੈਪਟਨ ਨਵੀਦ ਸਾਨੂੰ ਮਿਲ ਹੀ ਗਏ ਨੇ ਫਾਈਨਲੀ, ਇਹ ਦੇਖੋ। ਤੇ ਇੱਥੇ ਇਕੱਲੇ ਆਏ ਹੋ ਪਾਰਕ ਸਿਟੀ ਵਿੱਚ ਤੁਸੀਂ? ਹਾਂ ਸ਼ਾਪਿੰਗ ਕਰਨ ਆਏ। ਅੱਛਾ ਅੱਛਾ ਖੁਰਮ ਭਾਈ, ਦੇਖੋ ਸਾਰੇ ਫੈਸਟੀਵਲ ਦੇਖੋ ਇੱਥੇ ਸਾਹਮਣੇ। ਖੁਰਮ ਭਾਈ ਇਸੇ ਤਰ੍ਹਾਂ ਦੇ ਨਿੱਕੇ ਨਿੱਕੇ ਲੱਗੇ ਕੈਪਟਨ ਨਵੀਦ ਸਾਹਿਬ, ਉਹਨਾਂ ਦੇ ਲੁੱਕੇ ਫਿਰਦੇ ਸੀ, ਅਸੀਂ ਲਾਭ ਲੈਣੇ ਅੱਜ। ਇਹ ਦੇਖੋ ਜੀ ਵੀਡੀਓ ਬਣਾਓ ਸਾਹਮਣੇ ਇੱਥੇ। ਇਹ ਕੀ ਹੈ ਜੀ? ਇੱਥੇ ਇਹ ਫਿਲਮ ਫੈਸਟੀਵਲ ਹੈ। ਭਈਆ ਇਹ ਤਾਂ ਨਿੰਦਰ ਹੀ ਉੜ ਗਈ, ਮੈਨੂੰ ਨਿੰਦਰ ਆਈ ਆਈ। अच्छा ये सारी स्ट्रीट जड़ी है, मतलब जिदा अपना माल रोड है, रेस्टोरेंट? हां माल रोड, सारे रेस्टोरेंट, ये पार्क सिटी की मेन स्ट्रीट है। मेन स्ट्रीट, मेन स्ट्रीट। सही, तो ਤੁਸੀਂ ਸਾਨੂੰ ਵਾਕਿੰਗ ਟੂਰ ਜ਼ਰਾ ਪੂਰਾ ਕਰਾਉਣਾ ਮੇਨ ਸਟਰੀਟ ਦਾ ਦੱਸੋ ਥੋੜਾ। ਤੁਹਾਡਾ ਤੇ ਖੈਰ ਆਣਾ ਜਾਣਾ ਰਹਿੰਦਾ ਇੱਥੇ? ਇੱਥੇ ਬਸ ਰੈਸਟੋਰੈਂਟ ਤਾਂ ਕਿਸੇ ਨੇ ਪੀਣਾ ਪਲਾਣਾ ਹੈ ਤੇ ਪੀ ਵੀ ਸਕਦਾ ਹੈ, ਖਾਣਾ ਖਾਣਾ ਹੈ ਤਾਂ ਖਾਣਾ ਖਾ ਕੇ ਸ਼ਾਪਿੰਗ ਕਰ ਲਈ। ਤੇ ਹੱਥ ਕਿਉਂ ਜੰਮ ਰਹੇ ਨੇ? ਮੇਰੇ ਕੋ ਤੇ ਕੈਮਰਾ ਹੀ ਨਹੀਂ ਫੜਿਆ ਜਾ ਰਿਹਾ। ਮਾਈਨਸ ਹੋਣੀ, ਮਾਈਨਸ 10 ਹੋਸੀ ਮਿਨੀਮਮ, ਮਾਈਨਸ 10 ਟੂ ਮਾਈਨਸ 15। ਨਹੀਂ ਕੋ ਸਰਦੀ ਬਹੁਤ ਲੱਗ ਰਹੀ, ਕੀ ਚੱਕਰ? ਸਹੀ ਕੱਪੜੇ ਦੇ ਅੰਦਰ ਸਰਦੀ ਘੁਸ ਜਾਂਦੀ ਹੈ ਸਰਦੀ। मीरा भाभी आए हैं? ਕਦੀ ਕਦੀ ਆਂਦੀ ਹੈ ਉਹ ਵੀ ਚੁੱਕੇ। चलो मेरे ख्याल आप इधर नू चलने हैं, जरा ज्यादा इजी है अपना, वो चढ़ाई चढ़ना थोड़ा मुश्किल है। बहुत सारी है, मैं एक हाथ जड़ा ना वो पॉकेट च पा लेना, दूसरे ना वीडियो बना लेना। हाँ। ਇੱਥੇ ਬਰਫ਼, ਇੱਥੇ ਸਲਿਪ ਹੋਵਾਂਗੇ। ਵੇ ਤਾਂ
ਜਲੰਧਰ ਰੋਡ ਤੇ ਇੱਥੇ ਸਰਦੀ ਚ ਮੱਥੇ ਚ ਖਾਰਿਸ਼ ਹੋਣੀ ਸ਼ੁਰੂ ਹੋ ਗਈ ਹੈ ਫ੍ਰੀਜ਼ ਹੋ ਗਿਆ ਸਭ ਸਰਦੀ ਹੈ ਜੈਕਟ ਪਾਈ ਠੰਡਾ ਹੋ ਗਿਆ ਨਾਰਮਲ ਹੋ ਗਿਆ ਲੇਕਿਨ ਸ਼ੁਰੂ ਸ਼ੁਰੂ ਚ ਇੱਕ ਦੋ ਦਿਨ ਤੁਹਾਨੂੰ ਐਡਜਸਟਮੈਂਟ ਹੋਣੀ ਚ ਲੱਗਦੇ -20 ਵੀ ਹੋਏ ਤਾਂ ਟੈਨਸ਼ਨ ਕੋਈ ਨਹੀਂ -10 ਤੇ ਬਹੁਤ ਬਹੁਤ ਹੀ ਹੋਏ ਨਾ ਫ੍ਰੀਜ਼ਿੰਗ ਹੈ ਬਿਲਕੁਲ ਹਾਂ ਫ੍ਰੀਜ਼ਿੰਗ ਹੈ ਲੇਕਿਨ ਜਦੋਂ ਤੁਸੀਂ ਇੱਕ ਇਨਵਾਇਰਮੈਂਟ ਵਿੱਚ ਰਹਿੰਦੇ ਹੋ ਤੇ ਉਹ ਤੁਸੀਂ ਐਡਜਸਟ ਕਰ ਜਾਂਦੇ ਹੋ ਉਸੀ ਇਨਵਾਇਰਮੈਂਟ ਵਿੱਚ ਇਹ ਸਾਰੀ ਇੱਕ ਇੱਕ ਜੈਕਟ ਇਹ ਵੀ ਹੋ ਸੀ ਕਮ ਅਜ਼ ਕਮ $2000 ਦੀ ਜੈਕਟ ਨਾ ਕਰੋ ਰੋ ਐਡੀ ਮਹਿੰਗੀ ਜੈਕਟ $2000 ਹੁਣ ਜਾ ਕੇ ਚੈੱਕ ਕਰ ਲਓ ਟੈਗ ਦੇਖ ਰਹੇ ਨਹੀਂ ਇਹਨੂੰ ਕੀ ਹੈ ਜਿਹੜਾ $2000 ਦੀ ਨਹੀਂ ਲੋਕ ਅਫੋਰਡ ਕਰ ਸਕਦੇ ਨੇ ਦੇਖ ਲਓ ਦੇਖੋ ਇੱਥੇ ਆਪ ਖੁਰਮ ਭਾਈ ਤੁਸੀਂ ਗੱਡੀ ਲੈ ਕੇ ਆ ਜਾਣਾ 2 ਮਿੰਟ ਬਾਅਦ ਅਸੀਂ ਜਰਾ ਹਰੂਨ ਭਾਈ ਥੋੜਾ ਜਿਹਾ ਮੈਨੂੰ ਆਪਣਾ ਟੂਰ ਨਹੀਂ ਉਹ ਦੇਖੋ ਗੱਡੀ ਜਾ ਰਹੀ ਹੈ ਦੇਖੋ ਕਿਹੜੀ ਵਨ ਵੇ ਹੈ ਓਏ ਹੋਏ ਹੋਏ ਇਹਨੂੰ ਪੁੱਛੋ ਵੀਡੀਓ ਬਣਾ ਲਈ ਅਸੀਂ ਖੁਰਮ ਜ਼ਰਾ ਪੁੱਛਣਾ ਵੀਡੀਓ ਬਣਾ ਲਈ ਹੈਲੋ Can you take a picture inside? Absolutely. Yeah, thank you. ਅਜੀ ਅਸੀਂ ਇਜਾਜ਼ਤ ਲੈ ਲਈ ਇਹਨਾਂ ਕੋਲੋਂ ਅਤੇ ਹੁਣ ਇਹ ਕਹਿ ਰਹੇ ਨੇ ਕਿ ਤੁਸੀਂ ਲੈ ਲਓ ਇਹ ਤਾਂ ਸਸਤੀ ਹੈ ਇਹ ਤਾਂ ਕੋਈ 15,000 ਦੀ ਬਣਦੀ ਹੈ ਪਾਕਿਸਤਾਨ 'ਚ $5,000 ਦਾ ਪਾਰਕ ਸਿਟੀ ਤੋਂ ਫ੍ਰੈਂਡ ਨੇ ਕਿਹਾ ਕੋਈ ਸ਼ੋਪਿੰਗ ਕਰਤੇ ਹੈ ਤੇ ਯੇ ਹਮ ਆ ਗਏ ਟੀ ਜੇ ਮੈਕਸ ਅੱਛਾ ਬ੍ਰਾਂਡ ਹੈ ਅੱਛਾ ਮਾਲ ਹੈ ਰੀਜ਼ਨੇਬਲ ਸ਼ੋਪਿੰਗ ਹੋਤੀ ਹੈ ਤੋ ਇਹ ਥੋੜ੍ਹਾ ਸਾ ਵਿਊ ਜੋ ਹੈ ਵੋ ਟੀ ਜੇ ਮੈਕਸ ਕਾ ਜਿਊਲਰੀ ਹੈ ਨਹੀਂ ਮੈਂ ਸ਼ੋਪਿੰਗ ਕਰ ਲਈ ਕ੍ਰਿਸਮਸ ਪੇ ਅੱਛੀ ਸੇਲ ਲੱਗੀ ਹੋਤੀ ਹੈ ਡਾਕਟਰ ਕ੍ਰਿਸਮਸ ਓਰੀਜਨਲ ਪ੍ਰਾਈਸ ਪੇ ਆ ਜਾਂਦੀ ਹੈ ਇਸਮੇ ਗੋਲਡ ਵੀ ਹੈ ਸਿਲਵਰ ਵੀ ਹੈ ਟੀ ਜੇ ਮੈਕਸ ਪੇ ਅਪਰੋਕ ਸਭ ਕੁਛ ਹੈ ਕਲੋਥਸ ਹੈ ਮੋਬਾਈਲ ਅਸੈਸਰੀਜ਼ ਹੈ ਆਪਕੋ ਟਰਾਊਜ਼ਰ ਜੀਨਸ ਟੋਇਜ਼ ਲੇਡੀਜ਼ ਕਲੋਥ ਸੈਪਰੇਟ ਪੋਰਸ਼ਨ ਹੈ ਹਰ ਚੀਜ਼ ਜੋ ਆਪਕੀ ਘਰ ਕੀ ਜ਼ਰੂਰਤ ਹੋਤੀ ਹੈ ਅਪਰੋਕਸ ਹਰ ਚੀਜ਼ ਯਹਾਂ ਸੇ ਮਿਲ ਜਾਤੀ ਹੈ ਬੱਚੋਂ ਕੇ ਬੈਗ ਹੈ ਛੋਟੇ ਛੋਟੇ ਬਹੁਤ ਪਿਆਰੇ ਸੇ ਯੇ ਸਭ ਜੋ ਹੈ ਵੋ ਕਿਡਸ ਪੋਰਸ਼ਨ ਹੈ ਫਰਨੀਚਰ ਵੀ ਮਿਲੇਗਾ ਲੇਕਿਨ ਅੱਛੀ ਚੀਜ਼ਾਂ ਹੋਤੀ ਹੈ ਸੱਚ ਖੈਰ ਹਰ ਜਗ੍ਹਾ ਪੇ ਬਹੁਤ ਅੱਛੀ ਹੈ ਬਟ ਇਹ ਕਿ ਯਹਾਂ ਪੇ ਠੀਕ ਹੈ ਰੀਜ਼ਨੇਬਲ ਚੀਜ਼ਾਂ ਮਿਲ ਜਾਤੀ ਹੈ ਆਪਕੋ ਬ੍ਰਾਂਡਡ ਚੀਜ਼ਾਂ ਬਹੁਤ ਹੋਤੀ ਹੈ ਆਪਕੋ ਕੱਪੜੇ ਬ੍ਰਾਂਡਡ ਮਿਲ ਜਾਏਂਗੇ ਡਿਫਰੈਂਟ ਬ੍ਰਾਂਡਸ ਕੇ ਜੋ ਅੱਛੇ ਬ੍ਰਾਂਡਸ ਹੈ ਉਨਕੇ ਕੱਪੜੇ ਮਿਲ ਜਾਏਂਗੇ
ओके जी, ये था आज का हमारा ब्लॉग। थैंक यू सो मच, बाय बाय।